ਬਈ ਇਹ ਕਹਾਣੀ ਇੱਕ ਕੁੜੀ ਤੇ ਮੁੰਡੇ ਦੀ ਹੈ। ਜਦੋਂ ਕੁੜੀ ਮੁੰਡੇ ਤੋਂ ਦੂਰ ਹੋ ਜਾਂਦੀ ਹੈ ਤਾਂ ਮੁੰਡਾ ਆਪਣੇ ਦਰਦਾਂ ਨੂੰ ਕਿੰਜ ਬਿਆਨ ਕਰਦਾ। ਕੁਝ ਗੱਲਾਂ ਲਿਖੀਆਂ, ਸੁਣ ਕੇ ਜ਼ਰੂਰ ਦੱਸਿਓ ਕਿਵੇਂ ਲੱਗੀਆਂ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਲਾਈਨ ਤੁਹਾਨੂੰ ਵਧੀਆ ਲੱਗੀ। ਮੁੰਡਾ ਕਹਿੰਦਾ, ਮੇਰੀਆਂ ਅੱਖਾਂ ਨੇ ਜੋ ਤੇਰੀਆਂ ਫੋਟੋਆਂ ਖਿੱਚੀਆਂ ਸੀ ਉਹ ਹਾਲੇ ਵੀ ਸੇਵ ਪਈ ਹੈ ਮੇਰੀ ਦਿਲ ਦੀ ਮੈਮਰੀ ਵਿੱਚ। ਉਸ ਦਿਨ ਦੀ ਤਰੀਕ ਮੈਂ ਕਦੇ ਨਹੀਂ ਭੁੱਲਦਾ, ਸਾਥ ਮੇਰਾ ਛੱਡ ਕੇ ਗਈ ਸੀ ਰਾਹ ਦੇ ਵਿੱਚ। ਉਹ ਉਸ ਦਿਨ ਦੀ ਤਰੀਕ ਮੈਂ ਕਦੇ ਨਹੀਂ ਭੁੱਲਦਾ, ਸਾਥ ਮੇਰਾ ਛੱਡ ਕੇ ਗਈ ਸੀ ਰਾਹ ਦੇ ਵਿੱਚ। ਫਿਰ ਅੱਗੇ ਕੀ ਕਹਿੰਦਾ, ਮਜਬੂਰੀ ਦੱਸ ਕੇ ਜਾਂਦੀ ਤਾਂ ਕੋਈ ਗੱਲ ਨਹੀਂ ਸੀ, ਹੋ ਮਜਬੂਰੀ ਦੱਸ ਕੇ ਜਾਂਦੀ ਤਾਂ ਕੋਈ ਗੱਲ ਨਹੀਂ ਸੀ, ਅਸੀਂ ਦੂਰੀ ਸਮਝ ਕੇ ਸਹਿ ਲੈਂਦੇ। ਹੋ ਚੱਲ ਪਾਗਲਾ ਤੇਰੀ ਕਿਸਮਤ 'ਚ ਨਹੀਂ ਸੀ, ਬਸ ਇੱਦਾਂ ਕਹਿ ਕੇ ਦਿਲ ਨੂੰ ਸਮਝਾ ਲੈਂਦੇ। ਹੋ ਚੱਲ ਪਾਗਲਾ ਤੇਰੀ ਕਿਸਮਤ 'ਚ ਨਹੀਂ ਸੀ, ਹੋ ਇੱਦਾਂ ਕਹਿ ਕੇ ਦਿਲ ਨੂੰ ਸਮਝਾ ਲੈਂਦੇ। ਮੁੰਡੇ ਨੂੰ ਇਸ਼ਕ ਦਾ ਰੋਗ ਹੀ ਇਹੋ ਜਿਹਾ ਲੱਗ ਜਾਂਦਾ। ਉਹ ਫਿਰ ਅੱਗੇ ਕੀ ਕਹਿੰਦਾ, ਪਰ ਰੋਗ ਉਮਰਾਂ ਦੇ ਲਾ ਗਈ ਤੂੰ, ਹੰਝੂਆਂ ਨਾਲ ਸਾਡੀ ਯਾਰੀ ਪਵਾ ਗਈ ਤੂੰ। ਉਹ ਬੰਦੇ ਨੂੰ ਪਿਆਰ ਵਿੱਚ ਇੱਕ ਵਾਰ ਧੋਖਾ ਜ਼ਰੂਰ ਖਾਣਾ ਚਾਹੀਦਾ। ਉਹ ਸਾਨੂੰ ਧੋਖੇ ਖਾਣੇ ਦਾ ਵੱਲ ਸਿਖਾ ਗਈ ਤੂੰ, ਉਹ ਸਾਨੂੰ ਧੋਖੇ ਖਾਣੇ ਦਾ ਵੱਲ ਸਿਖਾ ਗਈ ਤੂੰ। ਮਿੱਟੀ ਦਾ ਮਹਿਲ ਬਣਾ ਕੇ ਖੁਦ ਨੇ ਹੀ ਢਾ ਲਿਆ ਏ, ਉਹ ਮਿੱਟੀ ਦਾ ਮਹਿਲ ਬਣਾ ਕੇ ਖੁਦ ਨੇ ਹੀ ਢਾ ਲਿਆ ਏ, ਅਸੀਂ ਤੇਰੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਗਵਾ ਲਿਆ ਏ, ਉਹ ਅਸੀਂ ਤੇਰੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਗਵਾ ਲਿਆ ਏ। ਹੁਣ ਖੁਦ ਨੂੰ ਹੀ ਸਮਝਾ ਲਿਆ ਏ, ਖੁਦ ਨੂੰ ਮਰਨੇ ਤੋਂ ਬਚਾ ਲਿਆ ਏ। ਅਸੀਂ ਵੀ ਲੁੱਟੇ ਗਏ ਸੀ ਇਸ਼ਕ ਦੇ ਬਾਜ਼ਾਰ ਵਿੱਚ, ਉਹ ਲਿਖਿਆ ਸੀ ਇੱਕ ਵਪਾਰੀ ਦਾ ਨਾਮ ਇਸ ਦਿਲ 'ਤੇ, ਉਹ ਲਿਖਿਆ ਸੀ ਇੱਕ ਵਪਾਰੀ ਦਾ ਨਾਮ ਇਸ ਦਿਲ 'ਤੇ। ਹੁਣ ਉਸ ਵਪਾਰੀ ਦਾ ਨਾਮ ਇਸ ਦਿਲ ਤੋਂ ਮਿਟਾ ਲਿਆ ਏ, ਉਸ ਵਪਾਰੀ ਦਾ ਨਾਮ ਇਸ ਦਿਲ ਤੋਂ ਮਿਟਾ ਲਿਆ ਏ। ਕੋਈ ਕਹਿੰਦਾ ਤੂੰ ਇੱਦਾਂ ਤੂੰ ਇੱਦਾਂ, ਫਿਰ ਉਹਨਾਂ ਵਾਸਤੇ ਮੁੰਡਾ ਕੀ ਕਹਿੰਦਾ, ਜ਼ਿੰਦਗੀ ਜਿਉਣੇ ਦਾ ਵੱਲ ਆ ਗਿਆ, ਉਹ ਜ਼ਿੰਦਗੀ ਜਿਉਣੇ ਦਾ ਵੱਲ ਆ ਗਿਆ, ਉਹ ਆਉਣ ਵਾਲਾ ਉਹ ਕੱਲ੍ਹ ਆ ਗਿਆ, ਉਹ ਆਉਣ ਵਾਲਾ ਉਹ ਕੱਲ੍ਹ ਆ ਗਿਆ। ਅੱਜ ਜਿਹੜੇ ਭੌਂਕਦੇ ਆ ਇਹਨਾਂ ਦੇ ਵੀ ਮੂੰਹ ਬੰਦ ਕਰ ਦਾਂਗੇ, ਹਾਂ ਅੱਜ ਜਿਹੜੇ ਭੌਂਕਦੇ ਆ ਇਹਨਾਂ ਦੇ ਵੀ ਮੂੰਹ ਬੰਦ ਕਰ ਦਾਂਗੇ, ਹੋ ਅੜੀ ਭੰਨਣੀ ਆ ਲੋਕਾਂ ਦੀ ਉਹ ਟਾਈਮ ਆ ਗਿਆ, ਹੋ ਅੜੀ ਭੰਨਣੀ ਆ ਲੋਕਾਂ ਦੀ ਉਹ ਟਾਈਮ ਆ ਗਿਆ। ਅਤੇ ਬਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਇੰਸਟਾਗ੍ਰਾਮ 'ਤੇ ਕਰ ਲਿਓ ਫੋਲੋ, ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਹੜੀ ਲਾਈਨ ਵਧੀਆ ਲੱਗੀ।